ਤੇ ਲੇਕਿਨ ਜਿਹੜਾ ਚੱਸ ਆਪਣੀ ਜ਼ਬਾਨ ਦਾ ਨਾ, ਸਹੀ ਗੱਲ, ਹਾਂ ਉਹ ਨਹੀਂ ਹੈ ਅਤੇ ਸਾਡੇ ਸਲਾਮ ਹੈ ਉਹਨਾਂ ਬਜ਼ੁਰਗਾਂ ਦੀ ਸੋਚ ਨੂੰ ਸਲਾਮ ਹੈ। ਕੈਸੀ ਯਾਦ ਤਾਜ਼ਾ ਕੀਤੀ, ਕੈਸੀ ਸ਼ਜਰ, ਏਦਾਂ ਦੀ ਸ਼ਜਰਕਾਰੀ ਅੱਜ ਕੋਈ ਕਰਕੇ ਦਿਖਾਵੇ। ਹਾਂਜੀ ਬਿਲਕੁਲ ਸਹੀ ਗੱਲ, ਹਰ ਘਰ 'ਚ ਇੱਕ ਦਰਖਤ ਸੀ ਨਿੰਮ ਦਾ ਲੱਗ ਜਾਂਦਾ। ਹਾਂਜੀ ਜਿਹੜਾ ਬੰਦਾ ਬੈਠਾ ਹੀ ਪ੍ਰਦੇਸ਼ 'ਚ ਹੈ ਨਾ ਜੀ, ਹਾਂਜੀ ਉਹ ਫਿਰ ਸਾਨੂੰ ਪਿਆਰ ਤਾਂ ਉਹ ਸੱਚੇ ਦਿਲ ਨਾਲ ਕਰ ਰਿਹਾ ਬੈਠਾ, ਕਿਉਂਕਿ ਜਿਹੜੇ ਸਾਊਦੀਆ, ਦੁਬਈ, ਸ਼ਾਰਜਾ, ਅਬੂਜ਼ਬੀ, ਮਸਕਤ, ਓਮਾਨ ਜਿੱਥੇ ਕਵੇਤ 'ਚ ਬੈਠੇ ਨਾ ਸਾਡੇ ਪਾਕਿਸਤਾਨੀ ਭਰਾ, ਉਹ ਤਾਂ ਸਾਨੂੰ ਬਈ ਬਹੁਤ ਸਪੋਰਟ ਕਰਨ ਵਾਲੇ ਭਰਾ, ਉਹਨਾਂ ਨੇ ਤਾਂ ਸਾਨੂੰ ਸਟਾਰ ਬਣਾ ਦਿੱਤਾ, ਸਾਡੀ ਵੀਡੀਓ ਨੂੰ ਇੰਨਾ ਦੇਖਿਆ, ਇੱਕ ਨੂੰ ਵੀ 10-10 ਵਾਰੀ ਦੇਖਦੇ ਰਹੇ। ਹਾਂਜੀ ਬਿਲਕੁਲ ਸਹੀ ਗੱਲ ਹੈ, ਪੜ੍ਹੀ ਆ ਹੈਂ, ਕੋਈ ਸਾਲਕ ਹਿੰਦੀ ਵੀ ਪੜ੍ਹੀ ਆ, ਕੋਈ ਫ੍ਰੈਂਚ ਨੂੰ ਵੀ ਮੂੰਹ ਮਾਰੀ ਕੀਤੀ ਆ, ਹੈਂ ਜਰਮਨ ਵੀ ਕੋਈ ਸਾਲਕ ਪੜ੍ਹੀ ਆ, ਉਹ ਜ਼ਬਾਨਾਂ ਯਾਨੀ ਕਿ ਜਿਹੜੀਆਂ ਵਾ ਨਾ ਉਹ ਤਾਂ ਬੰਦਾ ਵੈਸੇ ਸਿੱਖਦਾ ਵਾ ਕਮਿਊਨੀਕੇਸ਼ਨ ਲਈ, ਬਿਲਕੁਲ, ਤੇ ਉਹਨਾਂ ਤੋਂ ਤਾਂ ਨਹੀਂ ਹੈ, ਤੇ ਲੇਕਿਨ ਜਿਹੜਾ ਚੱਸ ਆਪਣੀ ਜ਼ਬਾਨ ਚ, ਸਹੀ ਗੱਲ, ਹਾਂ ਉਹ ਨਹੀਂ ਹੈ ਅਤੇ ਸਾਡੇ ਨਿਆਣੇ ਜਿਹੜੇ ਆ ਨਾ, ਜਿਹੜੇ ਛੋਟੇ ਨਿਆਣੇ ਸਾਡੇ ਬਹੁਤ ਸਾਰੀਆਂ ਗੱਲਾਂ ਨਹੀਂ ਕਰਦੇ, ਥੋੜੀਆਂ ਗੱਲਾਂ ਕਰਦੇ ਆ, ਉਹਦੀ ਵਜ੍ਹਾ ਵੀ ਇਹੀ ਹੁੰਦੀ ਆ ਕਿ ਉਹ ਉਹਨਾਂ ਨੂੰ 2-3 ਜ਼ਬਾਨਾਂ ਨਾਲ ਵਾਹ ਪਿਆ ਰਹਿੰਦਾ, ਬਿਲਕੁਲ ਹੈਂ, ਘਰ 'ਚ ਮਾਂ ਉਹਨਾਂ ਦੀ ਪੰਜਾਬ ਉਹ ਹੁੰਦੀ ਤਾਂ ਪੰਜਾਬੀ ਬੋਲਣ ਵਾਲੀ ਆ ਪਰ ਉਰਦੂ ਬੋਲਣ ਦੀ ਕੋਸ਼ਿਸ਼ ਕਰ ਰਹੀ ਹੁੰਦੀ ਆ, ਤੇ ਸਕੂਲ 'ਚੋਂ ਉਹ ਉਰਦੂ ਬੋਲਦੇ ਆ, ਤੇ ਬਾਹਰ ਜਿਹੜਾ ਵਾ ਨਾ ਨਿਆਣਿਆਂ 'ਚ ਉਹ ਪੰਜਾਬੀ ਬੋਲਦੇ ਆ, ਔਰ ਇਸ ਤਰ੍ਹਾਂ ਦੜਾ ਮੜਾ ਜਿਹਾ ਜਿਹੜਾ ਨਾ ਚੱਲਦਾ ਰਹਿੰਦਾ ਵਾ, ਤੇ ਘਰ ਦੇ ਆਪਸ 'ਚ ਵੀ ਪੰਜਾਬੀ ਬੋਲਦੇ ਆ, ਤੇ ਬੱਚੇ ਨੂੰ ਫਿਰ ਸਮਝ ਨਹੀਂ ਆਉਂਦੀ ਕਿ ਮੈਂ ਕੀ ਬੋਲਣਾ, ਅਸਾਸੇ ਕਮਤਰੀ ਨਹੀਂ ਹੋਣਾ ਚਾਹੀਦਾ। ਹੁਣ ਦੇਖੋ ਗੁਲਾਮ ਸਾਹ ਖਾਨ ਸੀ ਨਾ ਪਾਕਿਸਤਾਨ ਦੇ ਸਦਰ ਰਹੇ, ਉਹ ਪਠਾਣ ਨਾਲ ਪਸ਼ਤੋ 'ਚ ਗੱਲ ਕਰਦੇ ਸੀ, ਭੁੱਟੋ ਵਜ਼ੀਰ ਆਜ਼ਮ ਰਹੇ ਉਹ ਸਿੰਧੀ ਨਾਲ ਬੜੀ ਅੱਛੀ ਸਿੰਧੀ ਜਿਹੜੀ ਆ ਨਾ ਬੋਲਦੇ ਸੀ, ਅਤੇ ਸਾਨੂੰ ਵੀ ਇਹ ਨਹੀਂ ਹੋਣਾ ਚਾਹੀਦਾ ਵੀ ਆਮ ਇੱਥੇ। ਹੁਣ ਦੇਖੋ ਨਾ ਸਾਨੂੰ ਅਗਰ ਜਿੱਥੇ ਕੋਈ ਐਸਾ ਬੰਦਾ ਜਿਹਨੂੰ ਪੰਜਾਬੀ ਸਮਝ ਨਹੀਂ ਆ ਰਹੀ, ਉਹਦੇ ਨਾਲ ਠੀਕ ਆ, ਸਾਨੂੰ ਉਰਦੂ ਬੋਲਣੀ ਚਾਹੀਦੀ ਆ, ਬਿਲਕੁਲ ਹੈਂ। ਹੁਣ ਜੇ ਇੱਥੇ ਅਸੀਂ 10 ਪੰਜਾਬੀ ਹਾਂ ਅਤੇ ਫਿਰ ਐਵੇਂ ਖਾਮ ਖਾਈ ਯਾਨੀ ਕਿ ਜਿਹੜਾ ਮਨ ਰੌਲੇ ਨੂੰ ਪਏ ਹੋਏ ਹਾਂ, ਅਤੇ ਉਹ ਗੱਲ ਔਖੀ ਆ। ਹਾਂਜੀ ਅਤੇ ਕਰੋ ਗੱਲ ਰਾਣੋ ਸਭ, ਤੁਸੀਂ ਵੀ ਕੁਛ ਜਿਹੜਾ ਵਾ ਨਾ ਕੀ ਕਰਕੇ ਆਏ ਹਾਂ। ਮੈਂ ਤਾਂ ਮੁਰੱਬਿਓ ਆਇਆ, ਕੰਮ ਸ਼ਾਮ ਮੁਰੱਬੇ ਬੰਦਾ ਕੀ ਕਰਨ ਜਾਂਦਾ ਜੀ। ਹਾਂਜੀ ਬਿਲਕੁਲ, ਕੰਮ ਕਰਕੇ ਹੀ ਆਏ ਹਾਂ, ਇੱਕ ਵੀਡੀਓ ਬਣਾ ਕੇ ਆਏ ਹਾਂ। ਅਸੀਂ ਵੀ ਜ਼ਿਮੀਦਾਰ ਹੀ ਹਾਂ ਆਪਣਾ, ਅਸੀਂ ਉੱਥੇ ਜਾ ਕੇ ਨਹੀਂ ਭੁੱਲੇ ਆਪਣਾ ਆਪ, ਅਸੀਂ ਜ਼ਿਮੀਦਾਰਾਂ ਵੀ ਕਰਦੇ ਹਾਂ, ਉੱਥੋਂ ਬਹਿ ਕੇ ਆਪਣਾ ਹਾਲ ਹਵਾਲ, ਮਾਲ ਡੰਗਰ ਦਾ ਸਾਰਾ ਕੁਛ ਅਸੀਂ ਧਿਆਨ ਰੱਖਦੇ ਹਾਂ, ਅਸੀਂ ਵੀ ਇਹੀ ਕੰਮ ਕਰਦੇ ਹਾਂ। ਬਹਰਹਾਲ ਨਾ ਇਹ ਕੁਛ ਦੋਸਤ ਜਿਹੜੇ ਨਾ ਅੰਜਮ ਸਰੋਇਆ, ਹਾਂਜੀ ਜੇਬੀ ਹੰਜਰਾ, ਜੇਬੀ ਹੰਜਰਾ, ਹਾਂਜੀ, ਜਾਂ ਫਿਰ ਘੁੰਮਣ ਸਾਹਿਬ ਹੋ ਗਏ, ਠੀਕ ਆ, ਨਾਸਰ ਢਿੱਲੋਂ, ਹਾਂਜੀ, ਵਕਾਰ ਹੋ ਗਿਆ, ਉਸਾਮਾ ਹੋ ਗਿਆ, ਹਾਂਜੀ, ਇਹ ਇੱਕ ਐਸੀ ਟੀਮ ਆ ਜਿਹਨਾਂ ਨੇ ਨਾ ਪੰਜਾਬੀ ਨੂੰ ਬਹੁਤ, ਇਹਦੇ 'ਚ ਹੁਣ ਦੋ ਅਸੀਂ ਦੋ ਰਾਏ ਹਾਂ ਮੇਰੀਆਂ ਤਾਂ ਜੀ, ਹਾਂਜੀ, ਵੀ ਇਹਨਾਂ ਨੂੰ ਪੰਜਾਬੀ ਨੇ ਉਹ ਕਰਿਆ ਕਿ ਪੰਜਾਬੀ ਨੂੰ ਇਹਨਾਂ ਨੇ ਕਰਿਆ, ਕੁਛ ਲੋਕ ਕਹਿ ਦਿੰਦੇ ਆ ਕਿ ਮੇਰਾ ਤਾਂ ਖਿਆਲ ਆ ਕਿ ਪੰਜਾਬੀ ਨੂੰ ਇਹਨਾਂ ਨੇ ਕੀਤਾ, ਕਿਉਂਕਿ ਪੰਜਾਬੀ ਤਾਂ ਪਹਿਲੇ ਵੀ ਬੋਲੀ ਜਾ ਰਹੀ ਹੈ, ਪੰਜਾਬੀ ਨੂੰ ਤਾਂ ਕੋਈ ਅਲੱਗ ਵਾਲੀ ਗੱਲ ਨਹੀਂ, ਅੱਗੇ ਲੈ ਕੇ ਟੁਰੇ ਆ ਜਿਹਦੀ ਵਜ੍ਹਾ ਨਾਲ ਤੁਸੀਂ ਹੁਣ ਦੇਖੋ ਤੁਸੀਂ ਕਹਿ ਰਹੇ ਆ ਕਿ ਯਾਰ ਅਸੀਂ ਪੰਜਾਬੀ 'ਚ ਕਰੀਏ। ਹਾਂਜੀ ਅਸਲ 'ਚ ਨਾ ਸਾਡੀ ਫਿਤਰਤ ਇਨਸਾਨ ਦੀ ਇਹ ਆ, ਅਸੀਂ ਗਿਲੇ ਸ਼ਿਕਵੇ ਜ਼ਿਆਦਾ ਕਰਦੇ ਹਾਂ, ਕੰਮ ਅਸੀਂ ਘੱਟ ਕਰਦੇ ਹਾਂ, ਕੰਮ ਘੱਟ ਕਰਦੇ ਹਾਂ, ਇਹ ਗੱਲ ਦਰੁਸਤ ਆ ਕਿ ਸਾਨੂੰ ਪੰਜਾਬੀ ਨੂੰ ਉਹ ਮੁਕਾਮ ਨਹੀਂ ਮਿਲ ਸਕਿਆ ਜਿਹੜਾ ਕਿ ਸਿੰਧ 'ਚ ਤੁਸੀਂ ਚਲੇ ਜਾਓ ਨਾ ਜੀ, ਹਾਂਜੀ, ਉੱਥੇ ਤੁਹਾਨੂੰ ਜਿਹੜੇ ਆ ਨਾ ਸਾਈਨ ਬੋਰਡ ਉਹ ਵੀ ਸਿੰਧੀ 'ਚ ਸਿੰਧੀ 'ਚ ਲੱਭਣਗੇ, ਬਿਲਕੁਲ ਸਹੀ ਗੱਲ, ਹਾਂਜੀ, ਉਹਨਾਂ ਦਾ ਕਾਰਡ ਤੂੰ ਆਪਣੀ ਸਿੰਧੀ ਜ਼ਬਾਨ 'ਚ ਬਣਾ ਸਕਦੇ ਆ ਜੀ, ਤੁਸੀਂ ਬਲੋਚਿਸਤਾਨ ਚਲ ਜਾਓ ਇਹੀ ਹਾਲ ਹੋਏਗਾ, ਤੁਸੀਂ ਖੈਬਰ ਪਖਤੂਨਖਵਾ ਚਲ ਜਾਓ ਇਹੀ ਹਾਲ ਆ, ਸਹੀ ਗੱਲ, ਲੇਕਿਨ ਸਾਡਾ ਜਿਹੜਾ ਪੰਜਾਬ ਆ ਨਾ ਇਹ ਸਾਡੀ ਬਦਕਿਸਮਤੀ ਆ ਵੀ ਇੱਥੇ ਨਾ ਅਸੀਂ ਕਾਰਡ ਪੰਜਾਬੀ 'ਚ ਬਣਾ ਸਕਦੇ, ਇੱਥੇ ਪੰਜਾਬੀ 'ਚ ਤੁਹਾਨੂੰ ਕੋਈ ਬੋਰਡ ਨਹੀਂ ਲਿਖਿਆ ਹੋਇਆ ਨਜ਼ਰ ਆਏਗਾ, ਹੈ ਸਹੀ ਗੱਲ ਹੈ, ਇੱਥੇ ਜਨਾਬ ਤੇ ਰੋਣਾ ਸਭ ਤੋਂ ਜ਼ਿਆਦਾ ਅਸੀਂ ਰੋਂਦੇ ਹਾਂ। ਅੱਛਾ ਇੱਕ ਪੰਜਾਬੀ ਨੂੰ ਇੱਕ ਹੋਰ ਮਸਲਾ ਵੀ ਰਿਹਾ ਵਾ, ਹਾਂਜੀ,
ਉਹ ਹੈ ਰਸਮ ਲਖਤ ਦਾ। ਹੁਣ ਨਾ ਇਸ ਗੱਲ 'ਤੇ ਕਦੇ ਬਹੁਤ ਸਾਰੇ ਲੋਕਾਂ ਦੀ ਨਾ ਨਜ਼ਰ ਨਹੀਂ ਜਾਂਦੀ ਹੈ। ਹੁਣ ਕਹਿੰਦੇ ਵੀ ਉਹ ਸਿੱਖ ਵੀ ਪੰਜਾਬੀ ਬੋਲਦੇ ਆ, ਇੱਥੇ ਲਹਿੰਦੇ ਪੰਜਾਬ ਵਾਲੇ ਵੀ ਪੰਜਾਬੀ ਬੋਲਦੇ ਆ। ਨਾ ਤਾਂ ਕੋਈ ਲਹਿੰਦੇ ਪੰਜਾਬ ਵਾਲਾ ਗੁਰਮੁਖੀ ਪੜ੍ਹ ਸਕਦਾ ਵਾ, ਅਤੇ ਨਾ ਜਿਹੜਾ ਵਾ ਨਾ ਕੋਈ ਚੜ੍ਹਦੇ ਪੰਜਾਬ ਵਾਲਾ ਨਾ ਸ਼ਾਹਮੁਖੀ ਪੜ੍ਹਦਾ ਵਾ। ਹੈ ਯਾਨੀ ਕਿ ਬੋਲਣ ਵਾਲੀ ਗੱਲ ਤੱਕ ਤਾਂ ਯਾਨੀ ਕਿ ਅਸੀਂ ਪੰਜਾਬੀ ਸਮਝਦੇ ਹਾਂ, ਲੇਕਿਨ ਜਿਹੜੀ ਲਿਖੀ ਹੋਈ ਪੰਜਾਬੀ ਨਾ ਅਸੀਂ ਉਹਨਾਂ ਦੀ ਸਮਝਦੇ ਹਾਂ ਨਾ ਉਹ ਸਾਡੀ ਸਮਝਦੇ ਆ। ਇਹ ਇੱਕ ਕਾਫੀ ਵੱਡਾ ਬੈਰੀਅਰ ਆ, ਇਹਨੂੰ ਮੰਨਣਾ ਚਾਹੀਦਾ ਹੈ। ਤੇ ਇਹ ਇਸ ਗੱਲ ਤੇ ਹਾਲੇ ਤੱਕ ਇੰਨੇ ਸਾਰੇ ਕਹਿੰਦੇ ਨੇ ਵੀ ਚੜ੍ਹਦਾ ਪੰਜਾਬ ਇੱਕੋ ਹੀ, ਲਹਿੰਦਾ ਪੰਜਾਬ ਇੱਕੋ ਹੀ, ਹੈ ਉਹ ਯਾਰ ਇੱਕੋ ਹੀ। ਉਹ ਯਾਰ ਠੀਕ ਆ ਜਿਹੜਾ ਵਾ ਨਾ ਬੋਲਣ 'ਚ ਹੈ, ਲੇਕਿਨ ਕੁਛ ਨਾ ਕੁਛ ਯਾਨੀ ਕਿ ਜਿਹੜੀਆਂ ਵਾ ਨਾ ਵੰਡਾਂ ਹੈ ਆ ਉਹਨਾਂ ਨੂੰ ਵੀ ਯਾਨੀ ਕਿ ਜਦੋਂ ਤੱਕ ਉਹ ਤੁਸੀਂ ਵੰਡ ਨੂੰ ਮੰਨੋਗੇ ਨਹੀਂ। ਹੈ ਹਾਂ, ਬਰਤਨ ਜਿਹੜਾ ਵਾ ਨਾ ਆ ਗਲਾਸ ਪਾਣੀ ਪੀਣੇ ਵਾਲਾ ਵਾ, ਇੱਕ ਸਟੀਲ ਦਾ ਵਾ, ਇੱਕ ਸ਼ੀਸ਼ੇ ਦਾ ਹੈ, ਤਾਂ ਦੋਨੇ ਪਾਣੀ ਪੀਣੇ ਵਾਲੇ ਹੀ ਆ, ਲੇਕਿਨ ਉਹਨਾਂ 'ਚ ਫਰਕ ਹੈ ਆ। ਇਸ ਤਰੀਕੇ ਰਸਮ ਲਖਤ ਦਾ ਅੱਛਾ ਖਾਸਾ ਦੇਖੋ, ਜ਼ਬਾਨ ਜਿਹੜੀ ਹੈ ਨਾ ਸਿਰਫ ਇਹਦੇ ਤੋਂ ਸੁਣਨ ਤੋਂ ਨਹੀਂ ਆਉਂਦੀ ਹੈ, ਜ਼ਬਾਨ ਪੜ੍ਹਨ ਤੋਂ ਵੀ ਆਉਂਦੀ। ਹੁਣ ਕਿੰਨੇ ਕੁ ਬੰਦੇ ਆ ਜਿਨ੍ਹਾਂ ਨੇ ਜ਼ਬਾਨੀ ਯਾਨੀ ਕਿ ਜਿਹੜਾ ਵਾ ਨਾ ਹੀਰ ਰਾਂਝਾ ਵਾਰਸ਼ਾ ਅਤੇ ਇਹ ਪੜ੍ਹਨੇ ਦਾ ਹੀ ਵੀ ਤਾਂ ਹੈ। ਹੁਣ ਦੋ ਬੰਦੇ ਚੜ੍ਹਦੇ ਲਹਿੰਦੇ ਪੰਜਾਬ ਦੇ ਅਤੇ ਉਹ ਇੱਕ ਕਿਤਾਬ ਇੱਕੋ ਹੀ ਬੰਦਾ ਪੜ੍ਹ ਸਕਦਾ ਵਾ, ਜਾਂ ਤਾਂ ਉਹ ਸ਼ਾਹਮੁਖੀ ਵਾਲਾ ਪੜ੍ਹੇਗਾ ਜਾਂ ਗੁਰਮੁਖੀ। ਤੁਹਾਡੀ ਨਾ ਜੀ ਬਿਲਕੁਲ ਠੀਕ ਆ, ਤੁਸੀਂ ਯੂਟਿਊਬ ਨੂੰ ਲੈ ਲਓ ਨਾ, ਜਦੋਂ ਉਹਦਾ ਟਾਈਟਲ ਦਿੰਦੇ ਆ ਨਾ, ਜਿਹੜੇ ਪਰਲੇ ਪੰਜਾਬ ਵਾਲੇ ਆ ਉਹਨਾਂ ਨੇ ਦਿੱਤਾ ਹੋਇਆ ਹੁੰਦਾ ਗੁਰਮੁਖੀ, ਤੇ ਸਾਨੂੰ ਕੋਈ ਨੀ ਪਤਾ, ਸਾਨੂੰ ਨਹੀਂ ਪਤਾ ਲੱਗਦਾ ਵੀ ਇਹ ਕੀ ਲਿਖਿਆ ਹੋਇਆ। ਉਹ ਵੀਡੀਓ ਦੇਖ ਕੇ ਫਿਰ ਸੁਣਦੀ ਆ ਵੀ, ਜਾਂ ਅਸੀਂ ਫਿਰ ਸਕਰੀਨਸ਼ਾਟ ਲੈਨੇ ਤੇ ਉਹਨੂੰ ਟ੍ਰਾਂਸਲੇਟ ਕਰਦੇ ਆ। ਤੇ ਜਿਹੜੇ ਸਾਡੇ ਉਹ ਭਰਾ ਆ ਚੜ੍ਹਦੇ ਪੰਜਾਬ ਵਾਲੇ, ਉਹ ਇਸ ਗੱਲ ਨੂੰ ਜਦੋਂ ਅਸੀਂ ਆਪਣੀ ਉਹਨੂੰ ਉਹਦੇ ਚ ਦਿੰਦੇ ਆ ਪੰਜਾਬੀ ਚ, ਠੀਕ ਆ, ਪਰ ਅਸੀਂ ਤਾਂ ਫਿਰ ਵੀ ਇੰਗਲਿਸ਼ ਚ, ਕਿਉਂਕਿ ਸਾਨੂੰ ਇੰਗਲਿਸ਼ ਦਾ ਕਰੇਜ਼ ਬੜਾ ਨਾ, ਸਾਡੇ ਜਿੰਨਾ ਪਿਆਰ ਅੰਗਰੇਜ਼ਾਂ ਨੂੰ ਵੀ ਨਹੀਂ ਹੈ ਅੰਗਰੇਜ਼ੀ ਨਾਲ, ਜੇ ਦੇਖਿਆ ਜਾਵੇ ਨਾ ਸਾਨੂੰ ਬਹੁਤਾ ਪਿਆਰ ਆ। ਤੇ ਬਾਕੀ ਰਾਣਾ ਸਾਹਿਬ ਸਾਡੇ ਜਿਹੜੇ ਨਾ, ਮੈਂ ਇਹ ਕਹੂੰਗਾ ਵੀ ਸਾਡੇ ਜਿਹੜੇ ਹੁਕਮਰਾਨ ਆ ਸਾਡੀਆਂ ਸਰਕਾਰਾਂ ਨਾ, ਇਹਨਾਂ ਨੂੰ ਆ ਜਿਹੜੇ ਸਾਡਾ ਪੰਜਾਬ ਆ ਨਾ, ਇਹਦੇ 'ਤੇ ਜਿਹੜੇ ਵਜ਼ੀਰ ਆਲਾ ਸਾਡੇ ਪੰਜਾਬ ਦੇ ਆ, ਇਹਨਾਂ ਨੂੰ ਵਜ਼ੀਰ ਮਸ਼ੀਰ ਆ, ਇਹਨਾਂ ਨੂੰ ਤਾਂ ਇਹ ਚਾਹੀਦਾ ਨਾ ਵੀ ਕਮ ਅਜ਼ ਕਮ ਸਾਨੂੰ ਸ਼ਨਾਖਤੀ ਕਾਰਡ ਆ ਜਿਹੜੀ ਸਾਡੀ ਸ਼ਨਾਖਤ ਆ ਪੰਜਾਬੀਆਂ ਦੀ, ਇਹਦੇ 'ਤੇ ਸਾਨੂੰ ਇਹ ਹਕੂਕ ਹਾਸਲ ਹੋਣਾ ਚਾਹੀਦਾ, ਹੱਕ ਹੋਣਾ ਚਾਹੀਦਾ ਸਾਡਾ ਕਿ ਅਸੀਂ ਪੰਜਾਬੀ 'ਚ ਬਣਾਈਏ, ਇਹਨੂੰ ਇੰਗਲਿਸ਼ 'ਚ ਬਣਾਈਏ, ਸਾਡੀ ਮਰਜ਼ੀ ਹੋਣੀ, ਸਾਡੀ ਮਰਜ਼ੀ ਹੋਣੀ ਚਾਹੀਦੀ। ਅੱਛਾ ਇੱਕ ਮੈਂ ਗੱਲ ਨਾ, ਇੱਥੇ ਜਿਹੜੇ ਨਵੇਂ ਵੀਡੀਓਗ੍ਰਾਫਰ ਆ ਨਾ, ਹਾਂਜੀ, ਇਹਨਾਂ ਨੂੰ ਦੂਸਰੀ ਸਾਈਡ ਇਹਨਾਂ ਨਾਲ ਗੱਲ ਕਰਾਂਗਾ ਅਤੇ ਇਹਨਾਂ ਨੂੰ ਦੱਸਾਂਗਾ, ਹਾਂਜੀ, ਕਿ ਸਾਡੇ ਆਮ ਤੌਰ 'ਤੇ ਬੰਦਿਆਂ ਦੀ ਜ਼ੋਰ ਇਸ ਗੱਲ 'ਤੇ ਰਹਿੰਦਾ ਕਿ ਕੈਮਰਾ ਚੰਗਾ ਹੋਣਾ ਚਾਹੀਦਾ, ਮਾਈਕ ਚੰਗੇ ਹੋਣੇ ਚਾਹੀਦੇ, ਅਤੇ ਐਡੀਟਰ ਹੋਣਾ ਚਾਹੀਦਾ ਵਾ, ਅਤੇ ਵੀਡੀਓ ਜਿਹੜੀ ਇਹਨੇ ਚੰਗੀ ਬਣੀ ਚੰਗੀ ਬਣਨੀ ਚਾਹੀਦੀ। ਵੀਡੀਓ ਜਿਹੜੀ 70% ਵੀਡੀਓ ਨਾ, ਹਾਂਜੀ, ਉਹ ਤੁਹਾਡੇ ਇੱਥੇ ਬਣਦੀ ਆ ਮੋਬਾਈਲ ਤੋਂ ਬਗੈਰ, ਮੋਬਾਈਲ ਤੋਂ ਬਗੈਰ ਉਹ 70% ਵੀਡੀਓ ਦਾ ਅਸੀਂ ਸੋਚਦੇ ਨਹੀਂ, ਮੋਬਾਈਲ ਚੱਕਦੇ ਹਾਂ ਅਤੇ ਚਲੇ ਜਾਂਦੇ ਹਾਂ ਜਗ੍ਹਾ 'ਤੇ ਵੀ ਪਹਿਲੇ। ਹੁਣ ਤੁਸੀਂ ਦੇਖੋ ਕਿ ਹੁਣ ਤੁਸੀਂ ਕਿੰਨੀਆਂ ਵੀਡੀਓ ਕਰ ਚੁੱਕੇ ਹਾਂ? ਮੇਰੀਆਂ ਤਕਰੀਬਨ ਕੋਈ 8 ਵੀਡੀਓ ਹੋਣੀਆਂ। ਹਾਂ, 8 ਵੀਡੀਓ। ਹੁਣ ਅਸੀਂ ਇੱਕ ਚੈਨਲ 'ਤੇ ਨਾ 4 ਜਾਂ 5 ਵੀਡੀਓ ਕੀਤੀਆਂ, ਹਾਂਜੀ, ਸਾਡੀਆਂ ਸਾਰੀਆਂ ਵੀਡੀਓ ਹਜ਼ਾਰ 'ਚ ਆ, ਹਾਂਜੀ, ਬਿਲਕੁਲ 0 ਸਬਸਕ੍ਰਾਈਬ, ਹਾਂਜੀ, ਲੇਕਿਨ ਇਹ ਆ ਕਿ ਪਹਿਲੇ ਥੋੜ੍ਹਾ ਜਿਹਾ ਨਾ ਯਾਨੀ ਕਿ ਬਿਲਕੁਲ ਮਾੜਾ, ਬਲਕਿ ਅਸੀਂ ਮਾਈਕ ਵੀ ਨਹੀਂ ਕਿ ਬਾਅਦ ਕਾਤ ਲਗਾਉਂਦੇ ਹਾਂ, ਹਾਂਜੀ, ਅਤੇ ਕੈਮਰਾ ਵੀ ਐਸਾ ਹੀ ਆ ਮਾਈਕ, ਲੇਕਿਨ ਇਹ ਕਿ ਪਹਿਲੇ ਥੋੜ੍ਹਾ ਜਿਹਾ ਇੱਕ ਵਰਕ ਕਰ ਲਈਦਾ ਯਾਰ ਨਾ ਗੱਲ ਕਿਸ ਮੁੱਦੇ 'ਤੇ ਕਰਨੀ, ਹਾਂਜੀ, ਹੈਂ, ਬਿਲਕੁਲ। ਅਤੇ ਕਹਿੰਦੇ 70% ਜਿਹੜਾ ਹੁੰਦਾ ਨਾ ਪ੍ਰੀ ਪ੍ਰੋਡਕਸ਼ਨ ਦਾ ਕੰਮ ਹੁੰਦਾ, 10-15% ਪ੍ਰੋਡਕਸ਼ਨ ਹੁੰਦੀ ਆ ਵੀ ਆ ਤੁਸੀਂ ਕੈਮਰਾ, ਬਾਕੀ ਉਹ ਐਡੀਟਿੰਗ ਵਾਲਾ ਜਿਹੜਾ 15-20% ਹੈ ਪੋਸਟ ਪ੍ਰੋਡਕਸ਼ਨ ਵਾਲਾ, ਇਹ ਸਿਰਫ ਫਿਲਮ 'ਚ ਨਹੀਂ ਹੈ,
ਇਹ ਹਰ ਜਗ੍ਹਾ ਦਾ ਹੀ ਆ। ਮਕਾਨ ਤੁਸੀਂ ਬਣਾਉਣਾ ਨਾ, ਪਹਿਲੇ ਉਹਦਾ ਨਕਸ਼ਾ ਬਣਨਾ ਵਾ, ਫਿਰ ਮਕਾਨ ਦੀ ਕੰਸਟਰਕਸ਼ਨ ਹੋਣੀ ਆ, ਅਤੇ ਫਿਰ ਉਸਦੀ ਯਾਨੀ ਕਿ ਜਿਹੜਾ ਨਾ ਟੀ ਪਲਸਤਰ ਜਿਹੜਾ ਨਾ ਪੋਸਟ ਪ੍ਰੋਡਕਸ਼ਨ ਵਾਲਾ ਕੰਮ ਆ। ਜੇ ਤੁਸੀਂ ਉਹ ਮਕਾਨ ਦਾ ਨਕਸ਼ਾ ਨਹੀਂ ਨਾ ਚੰਗਾ ਬਣਾਉਂਦੇ, ਹੈਂ ਤੁਸੀਂ ਜੋ ਮਰਜ਼ੀ ਮਟੀਰੀਅਲ ਲਾ ਲਓ, ਸਹੀ ਮਕਾਨ ਤੁਹਾਡਾ ਚੰਗਾ ਨਹੀਂ ਬਣਨਾ। ਹੁਣ ਮੇਰਾ ਯੂਟਿਊਬ ਦਾ ਐਕਸਪੀਰੀਅੰਸ ਬਹੁਤ ਸਾਲਾਂ ਤੋਂ, ਹਾਂ ਐਡੀਟਿੰਗ ਮੇਰੀ ਜਿਹੜੀ ਹੈ ਨਾ ਸਭ ਤੋਂ ਪਹਿਲੇ ਹੈਗੀ ਹੈ, ਐਡੀਟਿੰਗ ਮੈਂ ਸਿੱਖੀ, ਉਸ ਤੋਂ ਬਾਅਦ ਮੈਨੂੰ ਬੋਲਣਾ ਨਹੀਂ ਸੀ ਆਉਂਦਾ ਹੈ, ਅਤੇ ਐਡੀਟਿੰਗ ਮੇਰੀ ਬਿਲਕੁਲ ਜ਼ਬਰਦਸਤ ਹੈ, ਕੋਈ ਮੈਨੂੰ ਮਸਲਾ ਨਹੀਂ। ਕਿਸ ਤਰ੍ਹਾਂ ਦਾ ਸੋਫਟਵੇਅਰ ਹੋਵੇ ਨਾ ਮੈਂ ਚਲਾ ਲੈਣਾ ਹੋਵੇ, ਲੈਪਟੋਪ ਮੋਬਾਈਲ ਜਿਸ ਤਰ੍ਹਾਂ ਵੀ, ਅੱਛਾ ਮੇਰੇ ਕੋਲ ਲੱਗਾ ਮੈਂ, ਅਤੇ ਉਹ ਮੈਂ ਪਹਿਲੇ ਸਭ ਤੋਂ ਪਹਿਲੇ ਐਡੀਟਿੰਗ ਸਿੱਖੀ ਹੈ। ਹੁਣ ਮੈਂ ਬੋਲਣਾ ਸਿੱਖਿਆ, ਬੋਲਣਾ ਸਿੱਖਿਆ, ਪਹਿਲੇ ਮੈਂ ਉਰਦੂ ਸਿੱਖਿਆ, ਉਰਦੂ ਮੇਰੀ ਸਮਝ ਨਹੀਂ ਆਈ, ਸਿੱਧੀ ਤਾਂ ਸਾਫ਼ ਗੱਲ ਹੈ, ਫਿਰ ਮੈਂ ਪੰਜਾਬੀ ਦੇ ਵਿੱਚ ਬੋਲਣਾ ਸਿੱਖਿਆ। ਉਸ ਤੋਂ ਬਾਅਦ ਮੈਂ ਫਿਰ ਇਹ ਸੋਚਿਆ ਕਿ ਜਿਹੜੇ ਮੇਰੇ ਤੋਂ ਸੀਨੀਅਰ ਬੰਦੇ ਨੇ ਉਹਨਾਂ ਨਾਲ ਜਾ ਕੇ ਮੈਂ ਗੱਲਬਾਤ ਕਰਾਂ, ਕੁਛ ਉਹਨਾਂ ਕੋਲੋਂ ਸਿੱਖਾਂ, ਇਹ ਚੀਜ਼ ਸਿੱਖਣੀ ਚਾਹੀਦੀ ਨਾ ਸਰ। ਹਾਂ ਬਿਲਕੁਲ, ਹਾਂਜੀ, ਕਿਉਂਕਿ ਮੇਰਾ ਵੀ ਤਜਰਬਾ ਹੋਵੇ ਬੋਲਣ ਦਾ, ਮੇਰਾ ਵੀ ਐਕਸਪੀਰੀਅੰਸ ਵਧੇ, ਵੇਖ ਕੇ ਇੱਕ ਹੋਰ ਚੀਜ਼ ਹੁੰਦੀ ਹੈ, ਅਤੇ ਫਿਜ਼ੀਕਲ ਜਿਹੜਾ ਅਸੀਂ ਇੱਥੇ ਆ ਗਏ ਇੰਟਰੈਕਸ਼ਨ, ਉਹ ਜਿਹੜਾ ਨਾ ਉਹ ਇੱਕ ਅਲੱਗ ਚੀਜ਼ ਹੁੰਦੀ ਹੈ, ਬੰਦੇ ਦੀ ਸੋਚ ਵੱਡੀ ਹੁੰਦੀ ਹੈ, ਹੋਰ ਸੋਚ ਦੂਸਰੇ ਬੰਦੇ ਦਾ ਵੀ। ਹੁਣ ਐਸ ਐਮ ਅਸੀਂ ਮਾਸ਼ਾਅੱਲਾ ਵੇਖੋ ਕਿੰਨੇ ਬੰਦੇ ਇੱਥੇ, ਸੱਤ ਅੱਠ ਬੰਦੇ ਬੈਠੇ, ਪੰਜ ਸੱਤ ਬੰਦੇ ਬੈਠੇ, ਅਤੇ ਹਰ ਬੰਦੇ ਦੀ ਅਲੱਗ ਅਲੱਗ ਜਿਹੜੀ ਨਾ ਸੋਚ ਹੈਗੀ ਹੈ, ਅਤੇ ਹੁਣ ਅਸੀਂ ਇਕੱਠੇ ਬੈਠੇ ਗੱਲਬਾਤ ਕਰਾਂਗੇ, ਸਾਨੂੰ ਆਪਸ ਦੇ ਵਿੱਚ ਜਿਹੜਾ ਨਾ ਅਟੈਚ ਹੋਵਾਂਗੇ ਅਸੀਂ, ਕਿ ਦੂਸਰਾ ਬੰਦਾ ਕੀ ਗੱਲ ਕਰ ਰਿਹਾ, ਮੈਂ ਵੀ ਉਹਦੀ ਗੱਲ ਤੋਂ ਮੁਤਾਸਰ ਹੋਵਾਂ, ਕਿਉਂਕਿ ਮੇਰੇ ਉਸਤਾਦ ਨੇ, ਤੁਸੀਂ ਸਾਡੇ ਉਸਤਾਦ ਹੋ, ਸਾਨੂੰ ਤੁਹਾਡੇ ਤੋਂ ਗੱਲ ਸਿੱਖਣੀ ਚਾਹੀਦੀ, ਅਤੇ ਉਹ ਹੁਣ ਮੈਂ ਉਹ ਸਿੱਖ ਰਿਹਾ, ਅਲਹਮਦੁਲਿਲਾ ਕਾਫ਼ੀ ਬਿਹਤਰ ਹੋ ਗਿਆ ਹੁਣ। ਨਹੀਂ ਜੀ, ਅੱਲਾਹ ਤਾਲਾ ਬਿਹਤਰ ਕਰੇ ਅਤੇ ਤੁਹਾਨੂੰ ਜਿਹੜਾ ਵਾ ਨਾ ਕਾਮਯਾਬ ਯੂਟਿਊਬਰ ਬਣਾਏ, ਸਾਡੀ ਤਾਂ ਦੁਆ ਵਾ। ਗੱਲਾਂ 'ਚ ਗੱਲ ਨਿਕਲਦੀ ਆ, ਹਾਂਜੀ, ਯੂਟਿਊਬ ਜਿਹੜੀ ਹੈ ਨਾ ਜੀ, ਮੇਰੇ ਵਾਸਤੇ ਵੀ ਇਹੀ ਗੱਲ ਆ, ਤੁਹਾਡੇ ਵਾਸਤੇ ਵੀ ਬਿਲਕੁਲ, ਅਤੇ ਸਾਡੇ ਦੇਖਣ ਵਾਲਿਆਂ ਵਾਸਤੇ ਵੀ। ਹਾਂਜੀ, ਯੂਟਿਊਬ ਦਾ ਇੱਕੋ ਹੀ ਫਾਰਮੂਲਾ ਵੀਰ ਜੀ, ਹਾਂਜੀ, ਕਿ ਲੱਗੇ ਰਹੋ, ਲੱਗੇ ਰਹੋ, ਬਸ ਆਹ ਚੀਜ਼ ਮੈਂ ਕੀਤੀ, ਠੀਕ ਹੈ ਨਾ। ਇਹਦੇ 'ਤੇ ਤੁਸੀਂ ਨਾ ਜੀ, ਇਹਦੇ ਤੋਂ ਜੇ ਤੁਸੀਂ ਇਹ ਪਹਿਲਾਂ ਤੁਹਾਨੂੰ ਭਜਾਊਗਾ, ਹਾਂਜੀ ਬਿਲਕੁਲ ਸਹੀ ਗੱਲ ਹੈ, ਤੁਸੀਂ ਕਿਸੇ ਜਗ੍ਹਾ ਫੈਕਟਰੀ 'ਚ ਜਾਓ ਨਾ ਜੀ, ਹਾਂਜੀ, ਕਿਧਰੇ ਕੰਮ ਕਰਨ ਵਾਸਤੇ ਜਾਓਗੇ ਨਾ, ਹਾਂਜੀ, ਤੁਸੀਂ ਉੱਥੇ ਜਾਓਗੇ ਨਾ, ਤੇ ਉੱਥੇ ਤੁਹਾਨੂੰ ਜਿੰਨੇ ਬੰਦੇ ਟਕਰਨਗੇ ਨਾ, ਹਾਂਜੀ, ਉਹ ਇਹ ਗੱਲ ਕਰਨਗੇ ਵੀ ਤੂੰ ਕਿੱਧਰ ਆ, ਕਿੱਧਰ ਆ ਗਿਆ ਯਾਰ, ਸਹੀ ਗੱਲ, ਤੂੰ ਕਿਹੜੇ ਪਾਸੇ ਆ ਗਿਆ, ਚੰਗਾ ਭੱਲਾ ਤੂੰ ਪਿੱਛੇ ਜ਼ਿਮੀਦਾਰ ਬੰਦਾ ਕੰਮ ਕਰਦਾ ਸੀ ਆਪਣਾ, ਸਹੀ ਗੱਲ, ਤੂੰ ਇੱਥੇ ਉਹ ਤੁਹਾਨੂੰ ਨਾ ਜੇ ਦੋ ਕੁ ਦਿਨ ਇੰਜ ਲੱਗੂਗਾ ਵੀ ਮੈਂ ਵੀ ਗਲਤ ਜਗ੍ਹਾ ਹੀ ਆ ਗਿਆ, ਬਿਲਕੁਲ ਸਹੀ ਗੱਲ, ਪਰ ਇੱਕ ਤੁਹਾਡੀ ਜ਼ਰੂਰਤ ਹੁੰਦੀ ਹੈ, ਹਾਂਜੀ, ਵੀ ਮੇਰਾ ਮੈਂ ਨੌਕਰੀ ਮੇਰੀ ਜ਼ਰੂਰਤ ਆ, ਇਹ ਮੈਂ ਕੰਮ ਕਰਨਾ, ਹਾਂਜੀ, ਜਿਹੜਾ ਤਾਂ ਉਸ ਗੱਲ ਦੇ ਉੱਤੇ ਉੱਥੇ ਟਿਕ ਗਿਆ ਨਾ, ਹਾਂਜੀ, ਉਹ ਫਿਰ ਉੱਥੇ ਉਹ ਕਾਮਯਾਬ ਹੋ ਗਿਆ, ਹਾਂਜੀ। ਫੇਸਬੁੱਕ ਦਾ ਜਿਹੜਾ ਐਲਗੋਰਿਥਮ ਆ ਨਾ, ਇਹਦੀ ਵੀ ਕੋਸ਼ਿਸ਼ ਇਹ ਹੁੰਦੀ ਹੈ ਇੱਕ ਵਾਰੀ ਵੀ ਇਸ ਬੰਦੇ ਨੂੰ ਮੈਂ ਭਜਾਵਾਂ, ਉਹਨੇ ਤੁਹਾਡੇ ਲਈ ਤਵੱਜਾ ਹੀ ਨਹੀਂ ਦੇਣੀ ਦੋ ਚਾਰ ਮਹੀਨੇ, ਹਾਂਜੀ, ਠੀਕ ਆ। ਫਿਰ ਉਸ ਤੋਂ ਬਾਅਦ ਜਿਹੜਾ ਬੰਦਾ ਇਹਦੇ ਤੇ, ਮੈਂ ਇਹ ਦੇਖਿਆ ਜਿਹੜੇ ਬੰਦੇ ਲੱਗੇ ਹੋਏ ਆ ਨਾ, ਹਾਂਜੀ, ਉਹ ਬੰਦੇ ਕਾਮਯਾਬ, ਅੱਲਾਹ ਪਾਕ ਉਹਨਾਂ ਨੂੰ ਜ਼ਰੂਰ ਕਰਦਾ। ਬਸ ਇਹਦੇ 'ਚ ਨਾ ਇਹ ਤੁਸੀਂ ਤਾਂ ਕਹਿ ਰਹੇ ਮੈਂ ਐਡੀਟਿੰਗ ਦਾ ਬੜਾ ਕਾਰੀਗਰ ਹਾਂ, ਹਾਂਜੀ, ਇਵੇਂ ਕਹਿ ਰਿਹਾ, ਹਾਂਜੀ, ਮੈਂ ਤੁਹਾਨੂੰ ਬਹੁਤ ਸਾਰੇ ਲੋਕ ਐਸੇ ਦਿਖਾਉਣਾ ਜਿਨ੍ਹਾਂ ਨੂੰ ਐਡੀਟਿੰਗ ਆਉਂਦੀ, ਹਾਂਜੀ, ਤੇ ਉਹ ਯੂਟਿਊਬ ਦੇ ਉੱਤੇ ਕਾਮਯਾਬ ਨੇ, ਬਿਲਕੁਲ ਸਹੀ, ਥੰਬਨੇ ਲੋ ਨਹੀਂ ਲਾਂਦੇ ਹੈ, ਕਾਮਯਾਬ ਆ, ਹਾਂਜੀ, ਸਭ ਤੋਂ ਪਹਿਲੇ ਆਪਣੇ ਅੰਜਮ ਸਰਵੈ ਸਾਹਿਬ ਵੇਖ ਲਓ, ਹਾਂ, ਸਭ ਤੋਂ ਪਹਿਲੇ ਵੇਖ ਲਓ ਅੰਜਮ ਸਾਹਿਬ ਨੂੰ, ਦੇਖ ਲਓ, ਨਹੀਂ ਅੰਜਮ ਸਾਹਿਬ ਦੀ ਤਾਂ ਤੁਸੀਂ ਫਿਰ ਵੀ ਇੱਕ ਉਹਨਾਂ 'ਚ ਇੱਕ ਗੱਲ ਇਹ ਸੀ ਨਾ ਕਿ ਉਹਨਾਂ ਨੂੰ ਟਿਕਟੋਕ ਨੇ ਤੇ ਪਹਿਲਾਂ ਮਸ਼ਹੂਰ ਸੀ, ਹਾਂਜੀ, ਯੂਟਿਊਬ ਤੇ ਉਹ, ਲੇਕਿਨ ਗੱਲ ਆਪਾਂ ਕਰ ਰਹੇ ਹਾਂ ਯੂਟਿਊਬ ਦੀ, ਯੂਟਿਊਬਰ ਹੈ ਨਾ ਜਿਹੜਾ, ਉਹ ਕੋਈ ਐਸਾ ਯੂਟਿਊਬਰ ਨਹੀਂ ਹੈ ਮੈਂ ਦੇਖਿਆ, ਬੰਦੇ ਝੂਠ ਜਿੰਨਾ ਮਰਜ਼ੀ ਬਹਿ ਕੇ ਮਾਰ ਦੇਣ ਵੀ ਮੈਂ ਯੂਟਿਊਬ ਤੇ ਆਇਆ ਤੇ ਮੈਂ ਪਹਿਲਾ ਚੈਨਲ ਬਣਾਇਆ ਤੇ ਮੈਂ ਨਿਕਲ ਗਿਆ, ਹਾਂਜੀ,
ਯੂਟਿਊਬ ਤੇ ਆ ਕੇ ਬੰਦੇ ਦੋ ਤੋਂ ਤਿੰਨ ਚੈਨਲ ਬਣਾਉਂਦੇ ਆ, ਚਾਰ ਚੈਨਲ ਬਣਾਉਂਦੇ ਆ, ਫਿਰ ਜਾ ਕੇ ਇੱਕ ਚੈਨਲ ਸਾਲ 6 ਮਹੀਨੇ ਯਾਨੀ ਕਿ ਮਸਲਸਲ, ਬਲਕਿ ਸਭ ਦੀ ਇੱਕੋ ਹੀ ਕਹਾਣੀ ਆ ਜਿੰਨੇ ਵੀ, ਮੈਂ ਤਾਂ 3-4 ਮਿਲੀਅਨ ਜਿਹਨਾਂ ਦੇ ਫਾਲੋਅਰ ਆ ਨਾ ਇਸ ਟਾਈਮ, ਮੈਂ ਤਾਂ ਸਾਰਿਆਂ 'ਚ ਇੱਕੋ ਹੀ ਕਹਾਣੀ ਮੁਸ਼ਤਰਕਾ ਦੇਖੀ ਵੀ ਉਹ ਕਹਿੰਦੇ ਵੀ 6 ਮਹੀਨੇ ਤਾਂ ਕੋਈ ਵੀਡੀਓ 250 ਤੋਂ ਉੱਪਰ ਨਹੀਂ ਜਾਂਦੀ ਸੀ, 25-30-100 ਜੀ, ਫਿਰ ਇੰਨੀਆਂ ਵੀਡੀਓ ਅਸੀਂ ਕਰ ਲਈਆਂ, ਫਿਰ ਇੱਕ ਦਿਨ ਇੱਕ ਵੀਡੀਓ ਜਿਹੜੀ ਆ ਨਾ ਉਹ ਚੱਲੀ, ਤੇ ਫਿਰ ਉਹ ਜਿਸ ਤਰ੍ਹਾਂ ਨਹੀਂ ਉਹ ਜਾਲ ਨਹੀਂ ਹੁੰਦਾ, ਜਾਲ ਦਾ ਇੱਕ ਸਿਰਾ ਫੜਿਆ ਤੇ ਫਿਰ ਉਹ ਸਾਰੇ ਜਾਲ ਉੱਪਰ ਆ ਜਾਂਦਾ ਹੈ, ਤੇ ਉਹ ਬਸ ਇੱਕ ਵੀਡੀਓ ਜਿਹੜਾ ਵਾ ਇਹਦੇ 'ਚ ਭਾਵੇਂ ਉਹ ਮੁਬਸ਼ਰ ਸਦੀਕ ਨੂੰ ਦੇਖ ਲਓ, ਭਾਵੇਂ ਸਟਨਿੰਗ ਪਾਕਿਸਤਾਨ ਵਾਲੇ ਨੂੰ ਦੇਖ ਲਓ, ਮਿਸਟਰ ਹਾਉ ਨੂੰ ਦੇਖ ਲਓ, ਡੱਕੀ ਭਾਈ ਨੂੰ, ਹਰ ਸਭ ਦੀ ਇੱਕੋ ਹੀ ਕਹਾਣੀ ਹੈ। ਹਾਂ, ਗੱਲ ਹੈ ਯੂਟਿਊਬਰ ਦੀ, ਮੁਸ਼ਕਿਲ ਮਜਾਜ਼ੀ। ਹਾਂਜੀ, ਬਾਕੀ ਜਿਹੜਾ ਬੰਦਾ ਦੇਖੋ ਸੋਸ਼ਲ ਮੀਡੀਆ ਤੋਂ ਫੇਮ ਲੈ ਕੇ ਆਉਂਦਾ ਜਾਂ ਦੂਸਰੀ ਯਾਨੀ ਕਿ ਦੂਸਰਾ ਆਪਣਾ ਫੇਸਬੁੱਕ ਤੋਂ, ਟਿਕਟੋਕ ਤੋਂ, ਉਹਦੇ ਕੋਲ ਪਹਿਲਾਂ ਤੋਂ ਇੱਕ ਜਿਹੜੀ ਆ ਨਾ ਖਾਨਦਾਨ ਉਹਦੇ ਕੋਲ ਮੌਜੂਦ ਆ, ਬਿਲਕੁਲ ਸਹੀ, ਖਾਨਦਾਨ ਨੂੰ ਆਪਣੇ ਨੂੰ ਉੱਧਰ ਲੈ ਆਉਂਦਾ, ਇੱਧਰ ਲੈ ਆਉਂਦਾ ਕਿਸੇ ਨਾ ਕਿਸੇ ਤਰ੍ਹਾਂ, ਠੀਕ ਆ। ਲੇਕਿਨ ਜਿਹੜਾ ਬੰਦਾ ਪਹਿਲੀ ਯੂਟਿਊਬ ਤੇ ਆਉਂਦਾ ਨਾ, ਉਹਦੇ ਵਾਸਤੇ ਬਹੁਤ ਸਾਰੀ ਮੁਸ਼ਕਿਲਾਂ ਆ, ਲੇਕਿਨ ਉਹਨਾਂ ਦਾ ਫਾਰਮੂਲਾ ਇੱਕੋ ਹੀ ਆ ਵੀ ਤੁਸੀਂ ਆਪਣਾ ਲੱਗੇ ਰਹੋ, ਤੇ ਬੰਦਿਆਂ ਨੂੰ ਤੁਹਾਡਾ, ਮੈਂ ਇਹ ਕਹਿਣਾ ਕਿ ਤੁਹਾਡਾ ਤੁਹਾਡੀ ਵੀਡੀਓ ਹੈ ਨਾ ਜਿਹੜੀ, ਉਹਦੇ ਵਿੱਚ ਅਗਲੇ ਬੰਦੇ ਦੇਖਣ ਵਾਲੇ ਵਾਸਤੇ ਨਾ ਕੁਛ ਇੰਟਰਸਟ ਹੋਣਾ ਚਾਹੀਦਾ, ਇੰਟਰਸਟ ਹੋਣਾ ਚਾਹੀਦਾ, ਉਹਦੇ ਵਿੱਚ ਸਬਕ ਹੋਣਾ, ਸਬਕ ਹੋਣਾ ਚਾਹੀਦਾ, ਚਲੋ ਕਿਸੇ ਦਾ ਫਾਇਦਾ ਹੋਵੇ, ਫਾਇਦਾ ਹੋਵੇ, ਇਹੀ ਗੱਲ। ਠੀਕ ਹੈ, ਬੜੀ ਮਿਹਰਬਾਨੀ ਜਨਾਬ, ਸ਼ੁਕਰੀਆ ਤੁਸੀਂ ਸਾਨੂੰ ਇੰਨਾ ਟਾਈਮ ਦਿੱਤਾ, ਸਾਡੇ ਕੋਲ ਤਾਂ ਹੋਰ ਬਹੁਤ ਟਾਈਮ ਹੈ, ਅਸੀਂ ਵੀ ਇੱਥੇ ਹੀ ਹਾਂ ਸ਼ਾਮ ਤੱਕ, ਘਬਰਾਓ ਨਾ, ਅਸੀਂ ਵੀ ਇੱਥੇ ਹੀ, ਅੱਜ ਸਾਡਾ ਟਾਈਮ ਅਜੇ ਗਾਹ ਗਿਆ, ਸਾਹੀਵਾਲ ਉੱਥੋਂ ਵਾਪਸ ਆਉਣਾ, ਅਜੇ ਸਾਡੇ ਕੋਲ ਵੀ ਬੜਾ ਟਾਈਮ ਹੈ, ਇਹ ਵੀ ਅਸੀਂ ਸ਼ੁਕਰ ਅਦਾ ਭਾਈ ਤੁਹਾਡੇ, ਤੁਸੀਂ ਸਾਨੂੰ ਇੰਨਾ ਟਾਈਮ ਦਿੱਤਾ, ਬੈਠੇ ਹੋ, ਨਹੀਂ ਤਾਂ ਯੂਟਿਊਬਰਾਂ ਕੋਲ ਚੱਲ ਜਾਈਏ ਤਾਂ ਨਹੀਂ ਮਿਲਦੇ ਭਾਈ, ਬੜੀ ਮਿਹਰਬਾਨੀ ਹੈ ਜਿਹੜਾ ਤੁਸੀਂ ਇੱਥੇ ਤਸ਼ਰੀਫ ਲੈ ਕੇ, ਵਰਨਾ ਰਾਬਤੇ ਰਹੋ, ਜਦੋਂ ਇਨਸ਼ਾਅੱਲਾ ਤੁਸੀਂ ਆਏ ਅਸੀਂ ਇਨਸ਼ਾਅੱਲਾ ਤੁਹਾਨੂੰ ਉੱਥੇ ਵੀ ਮਿਲਾਂਗੇ, ਸੁਰੇਸ਼ ਸਾਹਿਬ ਹੁਣ ਜਦੋਂ ਆਣਾ ਲਾਜ਼ਮੀ ਰਾਬਤਾ ਕਰਕੇ। ਹਾਂਜੀ, ਬਣਾ ਰਹੇ ਹਾਂ ਵੀਡੀਓ, ਦਾਦਾ ਕੈਮਰਾਮੈਨ ਜੀ ਬੜੀ ਹਿੰਮਤ ਵਾਲਾ ਮੁੰਡਾ, ਅਤੇ ਉਦੋਂ ਦੀ ਵੀਡੀਓ ਚਾਲੂ ਆ, ਗੱਲਾਂ ਬਾਤਾਂ ਹੋਈਆਂ ਰਾਣਾ ਅਸਲਮ ਖਾਨ ਵਕਾਰ ਸਾਹਿਬ ਨਾਲ ਅਤੇ ਰਾਣਾ ਖਾਲਸ ਸਾਹਿਬ ਨਾਲ, ਅਤੇ ਬੜੀ ਮੁਨੀਰ ਸਾਹਿਬ ਨੇ ਗੱਲਬਾਤ ਕੀਤੀ, ਪੂਰਾ ਇੰਟਰਵਿਊ ਕੀਤਾ। ਮੈਂ ਤੜਕੇ ਦਾ ਉੱਠਿਆ ਹੋਇਆ ਸੀਗਾ, ਫਿਰ ਪਰਾਹੁਣਿਆਂ 'ਚ ਰੁੱਝਿਆ ਰਿਹਾ, ਅਤੇ ਮੈਂ ਹੁਣ ਆਇਆ ਰੋਟੀ ਖਾ ਕੇ। ਹਾਂਜੀ, ਅਤੇ ਸਾਡੇ ਨਾਲ ਬੈਠੇ ਸਾਡੇ ਵੱਡੇ ਭਰਾ ਰਾਣਾ ਮੁਜਾਹਦ ਨੰਬਰਦਾਰ ਸਾਹਿਬ, ਅਤੇ ਅਸੀਂ ਮੁਨੀਰ ਸਾਹਿਬ ਨਾਲ ਗੱਲਾਂ ਬਾਤਾਂ ਹੋ ਰਹੀਆਂ ਸੀ ਵੀ ਪੌਦਿਆਂ ਦੇ ਬਾਰੇ 'ਚ, ਜਿਹੜਾ ਮੈਂ ਤੁਹਾਨੂੰ ਅੱਗੇ ਗੱਲ ਦੱਸਦਾ ਸੀ ਵੀ ਰਾਣਾ ਸਾਹਿਬ ਨੇ ਪੌਦਿਆਂ ਦੇ ਵਿੱਚ ਬੜਾ ਕੰਮ ਕੀਤਾ, 2-4 ਬੰਦੇ, ਹਾਂ ਤੂੰ ਆ ਜਾ ਲਾਗੇ ਇੱਥੇ ਵਿੱਚ ਆ ਜਾ, ਉਹ ਬੰਦੇ ਜੀ ਚੋਰੀ ਚੋਰੀ ਵੀਡੀਓ ਬਣਾ ਕੇ ਤੜਕੇ ਤੜਕੇ ਇੱਥੇ ਆ ਗਿਆ, ਇਹਨਾਂ ਦੇ ਮਾਰ ਕੈਮਰਾ ਸ਼ੂਟ ਕਰ ਵੀ ਲਈ ਆ, ਤੜਕੇ ਤੜਕੇ ਨਾ ਜੀ ਵੀਡੀਓ ਇਕੱਲੇ ਵੀ ਇਹਨੇ ਸਾਨੂੰ ਨਾ ਜੀ ਇੱਥੋਂ 4 ਵਜੇ ਆ, ਸੁਬਹਾ 4 ਵਜੇ ਇਹਨੇ ਛੁੱਟੀ ਦਿੱਤੀ ਆ, ਇੱਥੋਂ 4 ਵਜੇ ਅਸੀਂ ਗਏ ਹਾਂ ਅਜ਼ਾਨਾਂ ਦੇ ਉਸ ਟਾਈਮ ਇੱਥੋਂ ਅਸੀਂ ਗਏ ਹਾਂ, ਫਿਰ ਤੁਸੀਂ ਇਹ ਦੱਸੋ ਵੀ ਉਸ ਤੋਂ ਬਾਅਦ ਅਸੀਂ ਉੱਠ ਕੇ, ਸਾਨੂੰ ਇਹ ਪਤਾ ਸੀ ਵੀ ਇਹਨੇ ਹੁਣ ਸੋਣਾ,
ਪਰ ਗੱਲ ਇਹ ਆ ਵੀ ਇਹ ਬੰਦੇ ਦੀ ਬੜੀ ਹਿੰਮਤ ਆ ਅੱਲਾ ਜਾਣਦਾ ਵੀ ਬਹੁਤ ਹਿੰਮਤ ਆ ਅਲਹਮਦੁਲਿਲਾ ਵੀ ਇੰਨੀ ਦੁਨੀਆ ਇੱਥੇ ਭਰਾ ਦੇ ਇੱਥੇ ਆਉਂਦੀ ਆ ਅਤੇ ਹਰ ਬੰਦੇ ਨੂੰ ਡੀਲ ਕਰਨਾ ਹਰ ਬੰਦੇ ਨੂੰ ਮਿਲਣਾ ਸੁਬਹਾ 4 ਵਜੇ ਸੌ ਕੇ ਅਤੇ ਆ ਦੁਬਾਰਾ ਫਿਰ ਤੁਹਾਨੂੰ ਮਿਲਣਾ ਜਿਹੜਾ ਆ ਕੇ ਇਹ ਬੜੀ ਗੱਲ ਆ ਹਜੇ ਹੋਰ ਇਹ ਵੀ ਬੜੀ ਗੱਲ ਆ ਜਿਹੜੀ ਚੋਰੀ ਚੋਰੀ ਵੀਡੀਓ ਬਣਾ ਲੈਣੀ ਨਾ ਇਹ ਵੀ ਬੜੀ ਗੱਲ ਆ ਚੋਰੀ ਚੋਰੀ ਇਹ ਵੀ ਬੜੀ ਹਿੰਮਤ ਆ ਇਹ ਵੀ ਬੜਾ ਕੰਮ ਆ ਲੋਕ ਸ਼ਜਰਕਾਰੀ ਮਨਾ ਰਹੇ ਆ ਕਰ ਰਹੇ ਆ ਮੈਨੂੰ ਪੁਰਾਣੀ ਗੱਲ ਯਾਦ ਆ ਗਈ ਆ ਆਪਣੇ ਦਾਦਾ ਜਾਨ ਦੇ ਰਾਜਪੂਤ ਫੈਮਿਲੀ ਨਾਲ ਸਾਡਾ ਤਲਕ ਆ ਅਤੇ ਸੰਨ 1901 ਦੇ ਅਸੀਂ ਇੱਥੇ ਆਏ ਹੋਏ ਹਾਂ ਸਾਡੇ ਬਜ਼ੁਰਗ ਲੇਕਿਨ ਸਾਡੇ ਜਿਹੜੇ ਸੀ ਪਿੱਛੇ ਵੀ ਸਾਡਾ ਰਤੌਰ ਪਿੰਡ ਸੀ ਇਹ ਅਜ਼ਾਫੀ ਇੱਥੇ ਮਸਲ ਸਫੈਦਪੁਰ ਸੀ ਸਾਡੇ ਦਾਦਾ ਜੀ ਅਤੇ ਘਰ ਘਰਾਨਾ ਪਿੱਛੇ ਸੀ ਇੱਥੇ ਵੀ ਸੀ ਅਤੇ ਪਿੱਛੇ ਵੀ ਸੀ ਅਤੇ ਸਾਡੇ ਬਜ਼ੁਰਗਾਂ ਦੇ ਮਸਲ ਰਿਸ਼ਤੇਦਾਰੀਆਂ ਇੱਥੋਂ ਹੀ ਜਾਂਦੇ ਸੀ ਆਉਂਦੇ ਸੀ ਮੇਰੇ ਦਾਦਾ ਜੀ ਦੀ ਸੰਨ 1920 'ਚ ਇੱਥੇ ਸ਼ਾਦੀ ਹੋਈ ਇੱਥੋਂ ਹੀ ਬਰਾਤ ਗਈ ਗੁੰਥਲੇ 'ਚ ਜਿਹੜਾ ਕਿ ਰਾਣੇ ਫੂਲ ਦਾ ਪਿੰਡ ਆ ਅੱਛਾ ਜੀ ਅਤੇ ਮੇਰੇ ਦਾਦਾ ਜੀ ਦੇ ਨਾਨਕੇ ਵੀ ਉਹੀ ਸੀਗੇ ਅੱਗੋਂ ਮੇਰੇ ਵਾਲਦ ਦੇ ਨਾਨਕੇ ਮੇਰੇ ਨਾਨਕੇ ਹੱਤਾ ਕਿ ਮੇਰੇ ਬੱਚਿਆਂ ਦੇ ਨਾਨਕੇ ਵੀ ਉਹੀ ਆ ਪੰਜ ਪੁਸ਼ਤਾਂ ਤੋਂ ਸਾਡੀ ਰਿਸ਼ਤੇਦਾਰੀ ਚੱਲਦੀ ਆ ਰਹੀ ਆ ਇਹ ਜੀ ਨਿੰਬ ਦਾ ਦਰਖਤ ਇੱਕ ਐਸਾ ਆ ਇਹ ਗੁੰਥਲੇ 'ਚ ਹੁੰਦਾ ਸੀ ਹਾਂਜੀ ਉੱਥੋਂ ਜਦੋਂ ਮੇਰੇ ਦਾਦਾ ਜੀ ਆਪਣੇ ਨਾਨਕਿਆਂ 'ਤੇ ਜਾਂਦੇ ਸੀ ਮੇਰੇ ਦਾਦਾ ਜੀ ਨੂੰ ਬੜਾ ਸ਼ੌਕ ਸੀ ਇਹ ਨਬੋਲੀਆਂ ਉੱਥੋਂ ਲਿਆਂਦੀਆਂ ਇੱਥੇ ਪਨੀਰੀ ਉਗਾਈ ਉਗਾ ਕੇ ਜਦੋਂ ਵੱਡੀਆਂ ਨਿੰਬਾਂ ਹੋ ਗਈਆਂ ਪੂਰੇ ਪਿੰਡ 'ਚ ਪਲਾਨਿੰਗ ਦੇ ਤਹਿਤ ਖੁਦ ਟੋਏ ਖਟਵਾ ਕੇ ਕਰਾ ਕੇ ਅੱਜ ਰਹਿਮੇ ਸ਼ਾਹ 'ਚ ਚਾਂਦੇ ਕੁ ਰਹਿ ਗਈਆਂ ਪੁਰਾਣੀਆਂ ਨਿੰਬਾਂ ਹਜੇ ਵੀ ਮਤਲਬ ਉਹ ਤਾਂ ਫਿਰ ਲੱਗਦੀਆਂ ਰਹੀਆਂ ਨਾ ਜਿਹੜੀਆਂ ਯਾਨੀ ਕਿ ਇਬਤਦਾ ਮੇਰੇ ਦਾਦਾ ਜੀ ਨੇ ਕੀਤੀ ਖੁਦ ਮਸਾਂ ਬੰਦੇ ਲੈ ਕੇ ਟੋਏ ਖਟਵਾ ਕੇ ਖੁਦ ਲਵਾਉਂਦੇ ਰਹੇ ਪੂਰੇ ਪਿੰਡ ਜਿਹੜੀਆਂ ਨਿੰਬਾਂ ਲੱਗੀਆਂ ਹੋਈਆਂ ਨਾ ਜੀ ਇਹ ਮੇਰੇ ਦਾਦਾ ਜੀ ਦੀਆਂ ਲੱਗੀਆਂ ਹੋਈਆਂ ਸਲਾਮ ਕੈਸੀ ਯਾਦ ਤਾਜ਼ਾ ਕੀਤੀ ਕੈਸੀ ਸ਼ਜਰ ਏਦਾਂ ਦੀ ਸ਼ਜਰਕਾਰੀ ਅੱਜ ਕੋਈ ਕਰਕੇ ਆਪਣਾ ਗਲੀਆਂ ਚ ਲਵਾਈ ਉਹ ਤਾਂ ਪਲਾਨਿੰਗ ਦੇ ਬਾਕੀ ਪੌਦੇ ਦਿੱਤੇ ਲੋਕਾਂ ਨੇ ਆਪਣੇ ਹਾਂ ਲੋਕਾਂ ਨੂੰ ਸ਼ੌਕ ਹੋ ਗਿਆ ਫਿਰ ਪੌਦੇ ਵੰਡੇ ਲੋਕਾਂ ਨੇ ਆਪਣੇ ਆਪਣੇ ਘਰਾਂ 'ਚ ਲਾਈਆਂ ਫਿਰ ਉਹ ਫਲਦਾਰ ਹੋ ਗਏ ਫਿਰ ਅੱਗੇ ਨਬੋਲੀਆਂ ਫਿਰ ਤਾਂ ਸਿਲਸਿਲਾ ਚੱਲ ਪਿਆ ਨਾ ਜੀ ਅਤੇ ਇਹ ਇਬਤਦਾ ਇੱਥੋਂ ਹੋਈ ਹਾਂ ਹਾਂਜੀ ਬੜੀ ਬੜੀ ਗੱਲ ਬੜਾ ਨੁਕਤਾ ਦੇਖੋ ਜੀ ਅਬਦੁਰਮਾਨ ਵਾਕਫ ਤੁਹਾਡਾ ਪਤਾ ਲੱਗੇ ਕੌਣ ਪਹਿਲਾ
ਲਓ ਜੀ ਭਾਈ, ਏਡੀ ਚੰਗੀ ਗੱਲ ਦੇ ਨਾਲ ਅਸੀਂ ਪ੍ਰੋਗਰਾਮ ਆਪਣੇ ਨੂੰ ਬੰਦ ਕਰਦੇ ਹਾਂ। ਭਵਾਨ ਤਾਂ ਤੁਸੀਂ ਆਪ ਹੀ ਕਰੋਗੇ? ਹਾਂਜੀ, ਪ੍ਰੋਗਰਾਮ ਅਸੀਂ ਬੰਦ ਕਰਦੇ ਹਾਂ ਅਤੇ ਅੱਗੋਂ ਨਵੀਂ ਵੀਡੀਓ ਦੇ ਵਿੱਚ ਇਨਸ਼ਾਅੱਲਾ ਤੁਹਾਨੂੰ ਮਿਲਦੇ ਹਾਂ। ਗੱਲ ਵਾਕਈ ਸਹੀ ਹੈ, ਇੱਥੇ ਦਾ ਮਜ਼ਾ ਜਿਹੜਾ ਨਾ ਭਾਈ ਜੀ, ਤੁਹਾਡਾ ਜਿਹੜਾ ਤਾਵਨ, ਯਕੀਨ ਮੰਨੋ ਯਾਰ, ਹੁਣ ਮੂੰਹ ਤੇ ਤਾਰੀਫ ਬਣਦੀ ਨੀ, ਤਾਰੀਫ ਕੰਨ ਪਿੱਛੇ ਤਾਰੀਫ ਬਣਦੀ ਹੈ ਕੰਨ ਪਿੱਛੇ। ਇਹ ਤੁਹਾਡੀ ਇਨਸ਼ਾਅੱਲਾ ਅਸੀਂ ਇਹ ਗਵਾਹ ਵਾਂ ਭਾਈ ਤੁਹਾਡੇ, ਮਾਸ਼ਾਅੱਲਾ ਤੁਸੀਂ ਬੜਾ ਤਾਵਨ ਸਾਡੇ ਨਾਲ ਕੀਤਾ, ਬੜੀ ਮਿਹਰਬਾਨੀ ਤੁਹਾਡੀ, ਜਜ਼ਾਕ ਅੱਲਾ, ਸ਼ੁਕਰੀਆ। ਸੋਸ਼ਲ ਮੀਡੀਆ ਦੇ ਉੱਤੇ ਨਾ ਦੋ ਗੱਲਾਂ ਬੜੀ ਕਦਰੇ ਮੁਸ਼ਤਰਕ, ਉਹ ਇੱਕ ਹੈਗੀ ਆ ਵੀ ਮੈਂ ਤੁਹਾਡਾ ਬੜਾ ਵੱਡਾ ਫੈਨ ਹਾਂ, ਛੋਟਾ ਫੈਨ ਨਹੀਂ ਦੇਖਿਆ, ਠੀਕ ਹੈ ਨਾ। ਬਾਕੀ ਹਰ ਸ਼ਹਿਰ 'ਚ ਛੋਟੀ ਵੱਡੀ ਹੈ ਆ, ਲੇਕਿਨ ਕਿਸੇ ਬੰਦੇ ਨੇ ਇਹ ਨਹੀਂ ਕਦੇ ਕਿਹਾ ਵੀ ਮੈਂ ਜੀ ਤੁਹਾਡਾ ਛੋਟਾ ਜਿਹਾ ਫੈਨ ਹਾਂ। ਬਾਕੀ ਇਹ ਅਲਫਾਜ਼ ਬੜਾ ਚੰਗਾ ਵੀ ਮੈਂ ਤੁਹਾਡਾ ਛੋਟਾ ਜਿਹਾ ਫੈਨ ਹਾਂ, ਪਰ ਛੋਟਾ ਕੋਈ ਵੀ ਨਹੀਂ ਹੈ ਇਹਦੇ ਵਿੱਚ, ਸਾਰੇ ਵੱਡੇ ਫੈਨ। ਉਸ ਤੋਂ ਬਾਅਦ ਇਹ ਜੀ ਤੁਹਾਡੇ ਕੋਲ ਆ ਗਏ ਜੀ, ਅਲਹਮਦੁਲਿਲਾ ਬੜਾ ਮਜ਼ਾ ਆਇਆ, ਦਿਲ ਨੂੰ ਬੜਾ ਸਕੂਨ ਲੱਭਿਆ ਜੀ, ਲਾਵੀ ਹੋ ਗਿਆ ਜੀ ਸਾਰੇ ਵੀਰਾਂ ਨੂੰ, ਅੱਲਾਹ। ਹਾਂਜੀ, ਉਹ ਪਤਾ ਹੈ ਸਾਨੂੰ, ਉਹ ਮਜ਼ਾਕ ਤੋਂ ਹਟ ਗਏ ਅਸੀਂ ਗੱਲ ਕੀਤੀ ਹੈ ਭਾਈ, ਭਾਈ ਉਹਨਾਂ ਤੋਂ ਪੁੱਛ ਲਓ ਇੱਕ ਇੱਕ ਗੱਲ ਤੋਂ, ਅਸੀਂ ਵਾਕਫ ਹਾਂ ਭਾਈ ਉਹਨਾਂ ਤੋਂ, ਜਾਂ ਤਾਂ ਇਹਨਾਂ ਨੂੰ ਬੜਾ ਪਿਆਰ ਕਰਨਾ, ਬਹੁਤ ਪਿਆਰ। ਹਾਂਜੀ, ਉਹਨਾਂ ਦੀ ਇੱਕ ਇੱਕ ਗੱਲ ਤੋਂ ਅਸੀਂ ਵਾਕਫ ਹਾਂ, ਉਹਦੇ ਫਾਲੋਅਰ ਦਾ ਪਤਾ ਲੱਗ ਜਾਂਦਾ। ਹਾਂਜੀ, ਜਿਹੜਾ ਬੰਦਾ ਬੈਠਾ ਹੀ ਪ੍ਰਦੇਸ਼ 'ਚ ਹੈ ਨਾ ਜੀ, ਹਾਂਜੀ, ਉਹ ਫਿਰ ਸਾਨੂੰ ਪਿਆਰ ਤਾਂ ਉਹ ਸੱਚੇ ਦਿਲ ਨਾਲ ਕਰ ਰਿਹਾ ਬੈਠਾ, ਕਿਉਂਕਿ ਜਿਹੜੇ ਸਾਊਦੀਆ, ਦੁਬਈ, ਸ਼ਾਰਜਾ, ਅਬੂਜ਼ਬੀ, ਮਸਕਤ, ਓਮਾਨ, ਜਿੱਥੇ ਕਵੇਚ ਬੈਠੇ ਨਾ ਸਾਡੇ ਪਾਕਿਸਤਾਨੀ ਭਰਾ, ਉਹ ਤਾਂ ਸਾਨੂੰ ਬਈ ਬਹੁਤ ਸਪੋਰਟ ਕਰਨ ਵਾਲੇ ਭਰਾ, ਉਹਨਾਂ ਨੇ ਤਾਂ ਸਾਨੂੰ ਸਟਾਰ ਬਣਾ ਦਿੱਤਾ, ਸਾਡੀ ਵੀਡੀਓ ਨੂੰ ਇੰਨਾ ਦੇਖਿਆ, ਇੱਕ ਨੂੰ ਵੀ 10-10 ਵਾਰੀ ਦੇਖਦੇ ਰਹੇ। ਹਾਂਜੀ, ਬਿਲਕੁਲ ਸਹੀ ਗੱਲ ਹੈ, ਅਤੇ ਬੜਾ ਬੜੀ ਮਿਹਰਬਾਨੀ ਮਨੀਰ ਸਾਹਿਬ, ਤੁਹਾਡੀ ਤਸ਼ਰੀਫ ਆਵਰੀ ਦਾ ਬਹੁਤ ਸ਼ੁਕਰੀਆ, ਤੁਸੀਂ ਇੰਨਾ ਸਫ਼ਰ ਕਰਕੇ ਇੰਨਾ ਪਿਆਰ ਲੈ ਕੇ ਸਾਡੇ ਕੋਲ ਪਹੁੰਚੇ ਹਾਂ, ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ। ਮਨੀਰ ਵਲਾਗ, ਮਨੀਰ ਗੁੱਜਰ ਵਲਾਗ, ਮਨੀਰ ਗੁੱਜਰ ਵਲਾਗ ਦੇ ਚੈਨਲ ਦਾ ਜੀ ਅਸੀਂ ਬਹੁਤ ਸ਼ੁਕਰ ਗੁਜ਼ਾਰ ਹਾਂ ਵੀ ਸਾਨੂੰ ਇਹਨਾਂ ਨੇ ਆਪਣੇ ਕੈਮਰੇ ਦਾ ਹਿੱਸਾ ਬਣਾਇਆ। ਜਜ਼ਾਕ ਅੱਲਾਹ, ਸ਼ੁਕਰੀਆ, ਮਿਹਰਬਾਨੀ, ਓਕੇ ਜੀ, ਅੱਲਾਹ ਹਾਫਿਜ਼।